بسم اللہ الرحمن الرحیم السلام علیکم ਤੁਸੀਂ ਦੇਖ ਰਹੇ ਹੋ پاک ਬਫਲੋ ਟੀਵੀ ਤੇ ਮੈਂ ਤੁਹਾਡਾ ਹੋਸਟ ਹਫਜ਼ਰ ਜੱਟ ਅੱਜ ਅਸੀਂ ਨੀਲੀ ਦੇ ਇਲਾਕੇ ਦੁਲਾ ਅਕੂਕਾ ਚ ਮੌਜੂਦ ਆ ਅਕੂਕਾ ਫੈਮਿਲੀ ਨੀਲੀ ਦੇ ਉੱਤੇ ਕਾਫੀ ਮਸ਼ਹੂਰ ਆ ਪੁਰਾਣਾ ਘਰ ਆ ਮੱਜਾਂ ਦਾ ਅੱਜ ਇਹਨਾਂ ਦਾ ਮੁਕੰਮਲ ਤਾਰਫ ਵੀ ਕਰਾਂਗੇ ਇਸ ਫਾਰਮ ਦੇ ਹੋਨਰ ਨਾਲ ਵੀ ਗੱਪਸ਼ਾਪ ਕਰਾਂਗੇ ਇਹਨਾਂ ਨੂੰ ਇਹਨਾਂ ਦੇ ਸ਼ੌਕ ਦੇ ਬਾਰੇ ਚ ਵੀ ਪੁੱਛਾਂਗੇ ਤੇ ਜਾਨਵਰ ਵੀ ਦਿਖਾਵਾਂਗੇ ਜਿਹੜੇ ਦੋਸਤ ਮੇਰਾ ਚੈਨਲ ਨਵਾਂ ਦੇਖ ਰਹੇ ਉਹਨਾਂ ਨੂੰ ਗੁਜ਼ਾਰਿਸ਼ ਆ ਕਿ ਚੈਨਲ ਸਬਸਕ੍ਰਾਈਬ ਕਰ ਦੇਣ ਵੀਡੀਓ ਨੂੰ ਲਾਈਕ ਕਰ ਦੇਣ ਕਮੈਂਟ ਸੈਕਸ਼ਨ 'ਚ ਆਪਣੀ ਕੀਮਤੀ ਆਰਾ ਲਾਜ਼ਮੀ ਦੇਣ ਤੋਂ ਅਸੀਂ ਫਾਰਮ ਦੇ ਹੋਨਰ ਨਾਲ ਤੁਹਾਡਾ ਤਾਰਫ ਕਰਾਉਣਾ ਹੈ ਜੀ ਦੋਸਤੋ ਇਸ ਵੇਲੇ ਇਸ ਫਾਰਮ ਦੇ ਓਨਰ ਬਾਬਰ ਖਾਨ ਆਕੂ ਕਾ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਤਾਰਫ ਵੀ ਕਰਨੇ ਆ ਗੱਪਸ਼ਾਪ ਵੀ ਕਰਨੇ ਆ ਨੀਲੀ ਨਸਲ ਦੇ ਉੱਤੇ ਸਵਾਲ ਆ ਤੇ ਇਹਨਾਂ ਦੇ ਜ਼ਾਤੀ ਤਜਰਬੇ ਦੀ ਵੀ ਗੱਲ ਪੁੱਛਣੀ ਹੈ ਜੀ ਅਸਲਾਮ ਵਾਲੇਕਮ ਵਾਲੇਕਮ ਸਲਾਮ ਹਫਸਬ ਕੀ ਹਾਲ ਚਾਲ ਹੈ ਖੈਰਿਆਤ ਹੈ ਜੀ ਸ਼ੁਕਰ ਅਲhamdulillah ਜੀ ਬਾਬਰ ਭਾਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਅੱਜ ਆਪਣੇ ਕੀਮਤੀ ਵਕਤ ਚ ਟਾਈਮ ਦਿੱਤਾ ਤੇ ਜਾਨਵਰਾਂ ਦਾ ਵੀ ਸ਼ੋਅ ਕਰਵਾ ਰਹੇ ਜੇ ਦੋਸਤਾਂ ਦੀ ਬੜੀ ਫਰਮਾਇਸ਼ ਸੀ ਆਕੂ ਕਾ ਫੈਮਲੀ ਨਾਲ ਮਿਲਣ ਦੀ ਵੀ ਤੇ ਤਾਰਫ਼ ਦੀ ਵੀ ਤੇ ਜਾਨਵਰ ਦੇਖਣ ਦੀ ਵੀ ਜੀ ਬੜੀ ਮਿਹਰਬਾਨੀ ਹਫਸਬ ਤੁਹਾਡੀ ਇੱਥੇ ਜੀ ਆਇਆਂ ਨੂੰ ਸਾਨੂੰ ਤੁਹਾਨੂੰ ਮਿਲ ਤੇ ਆਪ ਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਸਾਡੇ ਸ਼ੌਕ ਨੂੰ ਮਜ਼ੀਦ ਵਧਾ ਰਹੇ ਹੋ ਅੱਲਾਹ ਤਾਲਾ ਤੁਹਾਡੀ ਇਸ ਕਾਵੇਸ਼ ਨੂੰ ਕਾਮਯਾਬ ਕਰੇ ਔਰ ਅਸੀਂ ਬੜੇ ਖੁਸ਼ ਹਾਂ ਤੁਹਾਡੇ ਇਸ ਕੰਮ ਤੋਂ ਜਿਹੜਾ ਤੁਸੀਂ ਕਰ ਰਹੇ ਹੋ ਜੀ ਬਹੁਤ ਮਿਹਰਬਾਨੀ ਤੇ ਬਾਬਰ ਭਾਈ ਆਪਣਾ ਮੁਕੰਮਲ ਆਪਣਾ ਤਾਰਫ ਫੈਮਿਲੀ ਦਾ ਤਾਰਫ ਤੇ ਜਿਹੜੀ ਜਗ੍ਹਾ ਖੜੇ ਆ ਇਸ ਬਾਰੇ ਚ ਦੱਸੋ ਸਾਨੂੰ ਹਾਫਿਜ਼ ਸਾਹਿਬ ਮੇਰਾ ਨਾਮ ਬਾਬਰ ਖਾਨ ਅਕੂਕਾ ਹੈ ਅੱਛਾ ਮੇਰੇ ਵਾਲੇ ਸਾਹਿਬ ਦਾ ਨਾਮ ਮੁਹੰਮਦ ਖਾਨ ਅਕੂਕਾ ਹੈ ਪਿੰਡ ਇਹ ਸਾਡਾ ਦੁੱਲਾ ਅਕੂਕਾ ਜੀ ਜੀ ਤੇ ਉਸ ਤੋਂ ਇਲਾਵਾ ਹੈ ਤਹਿਸੀਲ ਚਿਸ਼ਨੀਆ ਜ਼ਿਲ੍ਹਾ ਬਾਬਲਨਗਰ ਚੰਡੀ ਸਹੀ ਤੇ ਇਹ ਦੱਸੋ ਕਿ ਜਿੱਥੇ ਅਸੀਂ ਖੜੇ ਆ ਜਾਂ ਅਦੁੱਲਾ ਅਕੂਕਾ ਜਿਹੜਾ ਆਪਣਾ ਪਿੰਡ ਆ ਜੀ ਜੀ ਇਹ ਕਿੰਨੀ ਦੇਰ ਤੋਂ ਅਕੂਕਾ ਫੈਮਿਲੀ ਜਿਹੜੀ ਇੱਥੇ ਆਬਾਦ ਆ ਜੀ ਇਹ ਹਫਤ ਸਾਹਿਬ ਜਿੰਨੀ ਤੱਕ ਮੈਂ ਜਾਣਨਾ ਤੇ ਉਤਨੀ ਤੱਕ ਤੇ 6 5 600 ਸਾਲ ਤੋਂ ਅੱਛਾ ਜਿਹੜਾ ਸੁਣਾ ਹੈ ਅੱਛਾ ਜੀ ਉਸ ਤੋਂ ਬਾਅਦ ਬਜ਼ੁਰਗ ਬਤਾ ਸਕਦੇ ਹਨ ਵਿਦਾ ਸਕਦੇ ਹਨ ਕਿਸ ਹੱਦ ਤੱਕ ਕਿਤਨਾ ਇੱਕ ਪੁਰਾਣਾ ਹੈ ਕਦੀਮੀ ਹੈ ਜੀ ਅੱਛਾ ਜੀ ਕਾਫੀ ਅਰਸੇ ਤੋਂ ਬਾਅਦ ਫਰੀਦ ਦੇ ਮੁਰੀਦ ਨੇ ਜੋਈਆ ਔਰ ਜੋਈਆ ਦੀ ਔਲਾਦ ਆ ਸੀ ਇਹ ਤੁਹਾਡੀ ਆਕੂ ਕਾ ਜਿਹੜੀ ਕਾਸਟ ਹੈ ਸਭ ਕਾਸਟ ਹੈ ਜੋਈਆ ਫੈਮਲੀ ਜੀ ਬਿਲਕੁਲ ਜੋਈਆ ਫੈਮਲੀ ਦੀ ਸਭ ਕਾਸਟ ਹੈ ਆਕੂ ਕਾ ਜੋਈਆ ਤੇ ਇਹ ਦੱਸੋ ਕਿ ਮੱਜਾਂ ਦੇ ਵਿੱਚ ਜਿਹੜਾ ਨੀਲੀ ਤੇ ਮੁxtਲਫ ਘਰਾਣੇ ਮਸ਼ਹੂਰ ਹੋਏ ਨੇ ਜਿਹਦੇ ਚ ਤੁਹਾਡੀ ਫੈਮਲੀ ਆਕੂ ਕਾ ਵੀ ਕਾਫੀ ਮਾਸ਼ਾਅੱਲਾ ਮਸ਼ਹੂਰ ਹੋਏ ਨੇ ਜੀ ਜੀ ਤੇ ਇਹ ਤੁਸੀਂ ਮੱਜਾਂ ਦੇ ਸ਼ੌਕ ਦਾ ਦੱਸੋ ਕਿ ਇਹ ਤੁਹਾਡਾ ਕੋਈ ਪੁਰਾਣਾ ਸ਼ੌਕ ਆ ਜਾਂ ਨਵਾਂ ਸ਼ੌਕ ਹੈ ਤੁਹਾਡੀ ਫੈਮਲੀ ਵਾਈਜ਼ ਇਸ ਤਰ੍ਹਾਂ ਸਰਬ ਨੀਲੀ ਦੇ ਕਿਨਾਰੇ ਜਿਹੜੀ ਵੀ ਜ਼ਮੀਦਾਰ ਆਬਾਦ ਨੇ ਨਾ ਜੀ ਜੀ ਉਹਨਾਂ ਦਾ ਇਹ ਕਦੀਮੀ ਸ਼ੌਕ ਆ ਰਿਹਾ ਇਸੇ ਤਰ੍ਹਾਂ ਸਾਡਾ ਵੀ ਪਤਨੀ 2 3 400 ਸਾਲ ਤੋਂ ਤਾਈਨੇ ਸੁਣਦੇ ਅਮਨੇ ਆ ਕਿ ਮੈਂ ਜਾ ਰਹੀਆਂ ਨੇ ਸਹੀ ਸਾਡਾ ਇੱਕ ਬਾਲੇ ਖਾਕ ਕੋ ਕੌਂਦਾ ਜੀ ਹਾਂ ਉਹਦੀਆਂ ਤੇ ਆਖ ਦੇ ਨਨ ਗਿੰਤ ਮੱਜਾਂ ਔਰ ਬਹੁਤ ਅੱਛੀ ਨਸਲ ਦੀਆਂ ਔਰ ਉਹਦੀਆਂ ਤੇ ਕਾਫੀ ਅੱਛੀ ਲੰਬੀ ਤਰੀਫੇ ਉਹਦੀ ਜੀ ਉਸ ਮਾਮਲੇ ਮੱਜਾਂ ਦੇ ਮਾਮਲੇ ਜੀ ਉਸ ਤੋਂ ਬਾਅਦ ਮੇਰੇ ਦਾਦਾ ਜੀ ਮੁਹੰਮਦ ਹਸੈਨ ਖਾਨ ਉਹਨਾਂ ਨੂੰ ਮੱਜਾਂ ਦਾ ਕਾਫੀ ਅੱਛਾ ਸ਼ੌਕ ਆ ਜੀ ਸਹੀ ਤੇ ਫਿਰ ਸਾਡੀ ਇੱਕ ਨਸਲ ਵਿੱਚ ਸ਼ੌਕ ਨਹੀਂ ਕੀਤਾ ਅੱਛਾ ਜੀ ਜਿਸ ਵਜ੍ਹਾ ਤੋਂ ਸਾਨੂੰ ਮੱਝਾਂ ਦੇ ਵਿੱਚ ਥੋੜਾ ਜੀ ਆ ਮੱਝਾਂ ਤੋਂ ਦੂਰ ਹੋ ਗਿਆ ਹਾਂਜੀ ਔਰ ਹੁਣ ਮੈਂ ਸ਼ੌਕ ਕੀਤਾ ਹੈ ਇਨਸ਼ਾਅੱਲਾ ਅੱਲਾਹ ਤਾਲਾ ਕਾਮਯਾਬ ਕਰੇਗਾ ਅੱਲਾਹ ਤਾਲਾ ਨਾਲ ਉਮੀਦ ਹੈ ਕਿ ਆਪਣੀ ਕੋਸ਼ਿਸ਼ ਕਰਾਂਗੇ ਅੱਲਾਹ ਤਾਲਾ ਕਾਮਯਾਬੀਆਂ ਦੇਵੇ ਜੀ ਬਿਲਕੁਲ ਹੁਣ ਤੁਸੀਂ ਆਪਣੇ ਸ਼ੌਕ ਦੇ ਬਾਰੇ ਚ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦਾ ਸ਼ੌਕ ਕਰ ਰਹੇ ਜੇ ਜਾਂ ਜਿਹੜੇ ਦੋਸਤਾਂ ਦਾ ਸ਼ੌਕ ਦੇਖ ਕੇ ਕਿਤੋਂ ਮੁਤਾਸਰ ਜੇ ਕਿ ਤੁਸੀਂ ਕਿ ਚੰਦੇ ਜੇਕ ਸਾਡੀਆਂ ਵੀ ਮੱਜਾਂ ਉਸ ਘਰ ਤਰ੍ਹਾਂ ਜਾਂ ਉਸ ਬੰਦੇ ਦੇ ਤਰ੍ਹਾਂ ਜਿਹੋ ਜਿਹਾ ਉਹਨਾਂ ਨੂੰ ਮੱਜਾਂ ਮਜੂਦ ਨੇ ਇਸ ਬਾਰੇ ਵਿੱਚ ਕੋਈ ਦੱਸੋ ਆਪਣੇ ਤਾਸਰਾ ਹਾਫਿਸ ਮੈਂ ਛੋਟੀ ਉਮਰ ਵਿੱਚ ਵੀ ਮੱਜਾਂ ਦੇ ਵਿੱਚ ਫਿਰ ਬਾਬ ਦਾਦੇ ਦੀਆਂ ਮੱਜਾਂ ਤੇ ਸਾਡਾ ਉੱਥੇ ਪਿੰਡ ਦੇ ਨਾਲ ਹਾਜ਼ਰੀ ਆਜ਼ਮਦ ਮਤੀਆਣਾ ਸਾਹਿਬ ਦਾ ਸ਼ੌਕ ਵੇਖਾ ਮੱਜਾਂ ਦਾ ਅੱਛਾ ਜੀ ਉਸ ਟਾਈਮ ਮੇਰੀ ਉਮਰ 10 ਤੋਂ 15 ਸਾਲ ਆਈ ਔਰ ਮੈਂ ਉਹ ਜੀਆ ਉਹ ਜੀ ਨਫੀਸ اور ਅਜੀਬ ਸ਼ੌਕ ਨਹੀਂ ਵੇਖਾ اور ਮੈਂ ਉਹਨਾਂ ਤੋਂ ਬੜਾ متاثر ਆ ਅੱਛਾ ਜੀ ਔਰ ਕੋਸ਼ਿਸ਼ ਕਰ ਰਹੀ ਆ ਕਿ ਅੱਲਾਹ ਤਾਲਾ ਮੈਨੂੰ ਉਹਨਾਂ ਜਿਹੇ ਤਾਂ ਸ਼ੌਕ ਔਰ ਉਹਨਾਂ ਜੇ ਆਮਾਲ ਦੇਵੇ ਔਰ ਮੈਂ ਆਦਾ ਸ਼ੌਕ ਪੇ ਖਾਂ ਪੂਰਾ ਕਰਾਂ ਠੀਕ ਹੋ ਗਿਆ ਤੇ ਇਹ ਦੱਸੋ ਕਿ ਜਿਵੇਂ ਮੱਜਾਂ ਦੇ ਨਾਵੇਂ ਹੁੰਦੇ ਮੁਖਤਲਫ ਨਾਂ ਹੁੰਦੇ ਨੇ ਜੀ ਜੀ ਤੇ ਹਰ ਫੈਮਲੀ ਦੇ ਜਿਹੜੀਆਂ ਮੱਜਾਂ ਪ੍ਰਾਨੀਆਂ ਮਸ਼ਹੂਰ ਹੋਈਆਂ ਤੁਹਾਡੇ ਆਕੂਕਾ ਫੈਮਲੀ ਦੀਆਂ ਕਿਹੜੀਆਂ ਮੱਜਾਂ ਮਸ਼ਹੂਰ ਹੋਈਆਂ ਜੇ ਕਿਹੜੇ ਨਾਵੇਂ ਤੁਹਾਡੇ ਕੋਲ ਸਾਡੀ ਇੱਥੇ ਜੀ ਜਿਹੜੀ ਮੈਂ ਜਾਣਨਾ ਉਹ ਇੱਕ ਮੱਕਰੀ ਨਾਵੇਂ ਸਾਡਾ ਅੱਛਾ ਬੜਾ ਪੁਰਾਣਾ ਨਾਮ ਆ ਰਿਹਾ ਔਰ ਮਾਸ਼ਾਅੱਲਾ ਬੜਾ ਅੱਛਾ ਜਿਹੜੇ ਦੀ ਤਾਰੀਫ ਹਾਲੇ ਵੀ ਉਹਦੇ ਜਾਨਵਰ ਹਨ ਜੀ ਮੇਰੇ ਤਾਇਆ ਅਬੂ ਕੋਲੋਂ ਤੇ ਤਕਰੀਬਨ ਸਾਰੇ ਜਾਨਵਰ ਹੀ ਮੱਕਰੀਆਂ ਦੇ ਫਿਰਦੇ ਨੇ ਤੇ ਹਮੇਲਾਂ ਦੇ ਅੱਛਾ ਤੇ ਬਾਕੀ ਸਾਡੇ ਮਾਮਲਾ ਦੇ ਵਿੱਚ ਮੇਰੇ ਕੋਲੋਂ ਕੋ ਥੋੜੇ ਜਾਨਵਰ ਨੇ ਮੱਕਰੀਆਂ ਦੇ ਔਰ ਮੱਕਰੀ ਔਰ ਹਮੇਲ ਇਹ ਸਾਡੇ ਬੜੇ ਪੁਰਾਣੇ ਔਰ ਚੰਗੇ ਨਾਮ ਨੇ ਲੱਗਾ ਦੇ ਸਹੀ ਤੇ ਇਹ ਦੱਸੋ ਕਿ ਨਵੇਂ ਦੋਸਤ ਕਈ ਦੇਖਣ ਵਾਲੇ ਪੁੱਛਦੇ ਆ ਕਿ ਜਿਹੜਾ ਨੀਲੀ ਦਾ ਇਲਾਕਾ ਵਾ ਇਹ ਕਿੰਨਾ ਇਲਾਕਾ ਹੈਗਾ ਵਾ ਇਹ ਜਿਹੜਾ ਗਿਨੇ ਜਾਂਦਾ ਨੀਲੀ ਦਾ ਇਲਾਕਾ ਜਿਹੜਾ ਮੱਝ ਦੇ ਸ਼ੌਕ ਦੇ حوالے ਨਾਲ ਜ਼ਿਆਦਾ ਗਿਨੇ ਜਾਂਦਾ ਇਹ ਮੱਝ ਦੇ ਸ਼ੌਕ ਦੇ حوالے ਨਾਲ ਮੇਰੇ خیال ਦੇ ਮੁਤਾਬਿਕ ਤੇ ਹੈਡ ਸੁਲੇਮਾਨ ਕੀ ਤੋਲ ਹੈ ਤੇ ਹੈਡ ਇਸਲਾਮ ਤੱਕ ਇਹ ਨੀਲੀ ਦਾ ਇਲਾਕਾ ਜੀ ਅੱਛਾ ਜੀ ਤੇ ਇੱਥੇ ਮੁਕਤਲਫ ਘਰਾਣੇ ਬੈਠੇ ਦੇ ਆ ਤੁਹਾਨੂੰ ਆਪਦੇ ਘਰਾਣੇ ਤੋਂ ਇਲਾਵਾ ਕਿਹੜੇ ਘਰਾਣਿਆਂ ਦਾ ਮਾਲ ਜਿਹੜਾ ਵਾ ਪਸੰਦ ਆ ਨੀਲੀ ਦੇ ਉੱਤੇ ਮਾਲ ਤੇ ਜੀ ਜਿਹੜਾ ਬੰਦਾ ਵੀ ਰੱਖੀ ਬੈਠਾ ਹੈ ਨਾ ਜੀ ਹਾਂਜੀ ਉਹ ਆਪਣੇ ਹਿਸਾਬ ਨਾਲ ਚੰਗਾ ਹੀ ਰੱਖੀ ਬੈਠਾ ਜੀ ਜੀ ਤੇ ਅਸੀਂ ਤੇ ਹਲੇ ਤੱਕ ਵੇਖ ਤੇ ਸਿੱਖ ਰਹੇ ਆਂ ਜੀ ਲੋਕਾਂ ਤੋਂ ਅੱਛਾ ਜੀ ਤੇ ਮੇਰੇ ਖਿਆਲ ਦੇ ਮੁਤਾਬਕ ਮਤਿਆਣੇ ਰਿਆਜ਼ ਚੰਗਾ ਮਾਲ ਰੱਖਾ ਸਹੀ ਤੇ ਰਾਜਾ ਗੁਲਾਮ ਨਬੀ ਸਾਹਿਬ ਕਾ ਹੈ ਹਾਂ ਜੀ ਇਸੇ ਤਰ੍ਹਾਂ ਮਸੂਦ ਖਾਨ ਸਲਦੇਰਾ ਹੈ ਅੱਛਾ ਜੀ ਜਿੰਨਾ ਬਰਾਵਾਂ ਦੇ ਮਾਲ ਚੰਗੇ ਨੇ ਜੀ ਬਸ ਮੇਰੇ ਇਲਾਕੇ ਦੇ ਵਿੱਚ ਤੇ ਮੈਂ ਇਹਨਾਂ ਨੂੰ ਵੇਖਣਾ ਬਾਕੀ ਹਰ ਬੰਦੇ ਕੋਲੋਂ ਚੰਗਾ ਹੈ ਜੀ ਜਿਹੜਾ ਸਾਡਾ ਇਲਾਕਾ ਹੈ ਉਹਦੇ ਚ ਹੀ ਇਹ ਚਾਰ ਪੰਜ ਬਰਾ ਜਿਹੜੇ ਚੰਗਾ ਸ਼ੌਕ ਕੀਤੀ ਬੈਠੇ ਸਹੀ ਇਹ ਨੀਲੀ ਦੇ ਇਲਾਕੇ ਨੂੰ ਸ਼ਕੀਨ ਦੋਸਤ ਜਿਹੜੇ ਨੇ ਦੋ ਤਿੰਨ ਹਿੱਸਿਆਂ ਵਿੱਚ ਤਕਸੀਮ ਕਰਦੇ ਨੇ ਮੇਨ ਇੱਕ ਹੋਤਾ ਚੱਕਰੀ ਜੀ ਜੀ ਇੱਕ ਜਿੱਥੇ ਆਪਾਂ ਖੜੇ ਆ ਸਾਊ ਕੇ ਕਹਿ ਲੋ ਬਿਲਕੁਲ ਕੋਸ਼ ਇਲਾਕਾ ਇਹ ਕੋਸ਼ ਹੈਡਸਲਾਮ ਦਾ ਜੀ ਜੀ ਤੇ ਤੁਸੀਂ ਆਪਣੇ ذاتی ਮੁਸ਼ਾਹਦੇ ਤੇ ਤਜਰਬੇ ਦੀ ਬੁਨਿਆਦ ਤੇ ਦੱਸੋ ਕਿ ਇਹਨਾਂ ਦਾ ਜੇ ਆਪਸ ਵਿੱਚ ਮਵਾਜ਼ਨਾ ਕਰੋ ਕੋ ਜਾਨਵਰ ਕਿਸ ਕਿਸਮ ਦੇ ਇਹਨਾਂ ਚ ਕੀ ਫਰਕ ਆ ਆਪਣੇ ذاتی ਤਜਰਬੇ ਦੇ ਬਨਾਰ ਸਾਨੂੰ ਦੱਸਣਾ ਚਾਹੋ ਤੇ ਇਹ ਹਮੇਸ਼ਾ ਵੇਹ ਤੇ ਸਾਰੇ ਨੀਲੀ ਹਾਂਜੀ ਨੀਲੀ ਨੂੰ ਦਵਾ ਹੈ ਕਿ ਜਿਹੜੀ ਮਾਜ ਦੀ ਕਾਂੜ ਤੋਂ ਨੀਲੀ ਦਾ ਪਾਣੀ ਲੰਘ ਜਾਵੇ ਨਾ ਜੀ ਉਹ ਚੰਗੀ ਹੋ ਜਾਂਦੀ ਹੈ ਅੱਛਾ ਜੀ ਤੇ ਬਾਕੀ ਸਾਰੀਆਂ ਚੰਗੀਆਂ ਨੇ ਹੋਤੇ ਵਾਲੇ ਆਖਦੇ ਨੇ ਸਾਡੀਆਂ ਚੰਗੀਆਂ ਨੇ ਹੈਡ ਵਾਲੇ ਆਖਦੇ ਨੇ ਸਾਡੀਆਂ ਚੰਗੀਆਂ ਨੇ ਜਿਹੜੇ ਅਸੀਂ ਐਸੇ ਲੱਕ ਚ ਬੈਠੇ ਆ ਅਸੀਂ ਵੀ ਆਖਦੇ ਆ ਕਿ ਸਾਡੀਆਂ ਚੰਗੀਆਂ ਨੇ ਸਹੀ ਬਾਕੀ ਇਹ ਬੰਦੇ ਉਤਲੇ ਹੀ ਫੈਸਲਾ ਕਰ ਸਕਦੇ ਨੇ ਕਿ ਕਿਹੜੇ ਇਲਾਕੇ ਦੀਆਂ ਚੰਗੀਆਂ ਨੇ ਮੈਂ ਆਦੇ ਇਲਾਕੇ ਦੀਆਂ ਯਾਕਸਾਂ ਦੀਆਂ ਮੈਂ ਸਾਡੇ ਇਲਾਕੇ ਦੀਆਂ ਨਹੀਂ ਚੰਗੀਆਂ ਨਹੀਂ ਚੰਗੀਆਂ ਉਹ ਨਾ ਤੇ ਮਾਸ਼ਾਅੱਲਾ ਸਾਰੀਆਂ ਹੀ ਚੰਗੀਆਂ ਨੇ ਮੈਂ ਕਹਿੰਦਾ ਨੀਲੀ ਤੋਂ ਇਲਾਵਾ ਪਾਕਿਸਤਾਨ ਜਿੰਨੀਆਂ ਨਸਲਾਂ ਨੇ ਮਜਦੀਆਂ ਸਾਰੀਆਂ ਹੀ ਚੰਗੀਆਂ ਨੇ ਮੇਰੇ ਸਵਾਲ ਕਰਨ ਦਾ ਮਕਸਦ ਇਹ ਸੀਗਾ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਜਿਸ ਤਰ੍ਹਾਂ ਮੁxtਲਫ ਇਲਾਕਿਆਂ 'ਚ ਬਾਡੀ ਦੇ ਸ਼ੇਪ 'ਚ ਫਰਕ ਪੈ ਜਾਂਦਾ ਸਿੰਘ 'ਚ ਫਰਕ ਪੈ ਜਾਂਦਾ ਸਿਰ 'ਚ ਪੈ ਜਾਂਦਾ ਤੇ ਯਾਨੀ ਕਿ ਇਸ ਚੀਜ਼ ਦੀ ਵੰਡ 'ਚ ਤੁਸੀਂ ਸਾਨੂੰ ਦੱਸੋਗੇ ਕੀ ਫਰਕ ਆ ਹੋਤੇ ਚੱਕਰੀ ਦਾ ਸਾਹੂਕਿਆਂ ਵਾਲਿਆਂ ਦਾ ਤੇ ਹੈਡ ਦਾ ਇਹਦੇ 'ਚ ਕੋਈ ਤੁਸੀਂ ਦੱਸੋ ਥੋੜੀ ਬਰੀਕ ਮੈਂ ਇਹ ਆਖਸਾਂ ਕਿ ਜਿਹੜੀਆਂ ਹੋਤੇ ਚੱਕਰੇ ਵਾਲੀਆਂ ਮੱਝਾਂ ਨੇ ਜੀ ਹਾਂਜੀ ਉਹ ਉੱਚੀਆਂ ਨੇ ਅੱਛਾ ਜੀ ਲੰਮੀਆਂ ਵੀ ਨੇ ਮੱਝਾਂ ਅੱਛਾ ਥੋੜੀਆਂ ਜੀਆਂ ਸੌੜੀਆਂ ਨੇ ਹਾਂਜੀ ਤੇ ਉਸ ਤੋਂ ਇਲਾਵਾ ਥੋੜਾ ਜਿਹਾ ਕਵਾ ਚਾਹ ਦੀ ਜਿਹੜੀ ਮੇਰਾ ਨਜ਼ਰੀਆ ਹੈ ਬਾਕੀ ਸਾਰੀਆਂ ਮੱਝਾਂ ਇੱਕੋ ਜੀਆਂ ਨਹੀਂ ਸਹੀ ذاتی رائے ਤੁਹਾਡਾ ਆਪਣਾ ذاتی ਤਜਰਬਾ ਉਹ ਦੱਸੋ ਜੀ ਮੇਰਾ ਤਜਰਬਾ ਹੈ ਜੀ ਜੀ ਬਾਕੀ ਜਿਹੜੀ ਹੈਡ ਦੀ ਮੱਝ ਹੈ ਹਾਂਜੀ ਉਹ ਦਰਮਿਆਨੇ ਕੱਦ ਦੀ ਹੈ ਚੰਗੀ ਮੱਝ ਖਿੰਦੀ ਹੋਈ ਮੱਝ ਹੈ ਪਿੱਛੂ ਵੀ ਚੰਗੀ ਹੈ ਸੋਹਣੀ ਹੈ ਸੇ ਇਹ ਸਾਡਾ ਇਲਾਕਾ ਵੀ ਹੈਡ ਤੇ ਫਿਰ ਇੱਕੋ ਹੀ ਆ ਜਾਂਦਾ ਜੀ ਇਹ ਸਾਡੇ ਇਲਾਕੇ ਦੀ ਮੱਝ ਥੋੜੀ ਜੀ ਸਾਟ ਨਹੀਂ ਅਗੂ ਨਹੀਂ ਵੀ ਹਾਂਜੀ ਬਾਕੀ ਮੱਝ ਦਾ ਥਾਨ ਅਸੀਂ ਤੇ ਆਖਨੇ ਜਿਹੜੀ ਮੱਝ ਥਾਨ ਤੇ ਸਿੰਘ ਤੇ ਨੌ ਨਾ ਵਧਾਵੇਂ ਨਾ ਹਾਂਜੀ ਉਹ ਸਾਡੇ ਇਲਾਕੇ ਦੀ ਮੱਝ ਤੇ ਨੀਲੀ ਦੀ ਮੱਝ ਠੀਕ ਹੋ ਗਿਆ ਜਿਹੜੀ ਮੱਝ ਇਹ ਤਿੰਨਾਂ ਚੀਜ਼ਾਂ ਚ ਵਧੇਂਦੀ ਹੈ ਨਾ ਕੋਈ ਚੀਜ਼ ਸਿੰਘ ਵਧਾ ਲੈਂਦੀ ਹੈ ਹਾਂਜੀ ਉਹ ਕਟਣੇ ਪੰਦੇ ਨੇ ਜਾਂ ਨਾਖਨ ਵਦ ਨੋ ਵਦ ਜਾਂਦੇ ਨੇ ਉਹ ਕਟਣੇ ਪੰਦੇ ਨੇ ਸਹੀ ਜਾਂ ਥਣ ਵਦਾ ਜਾਂਦੀ ਹੈ ਬਾਡੀ ਸਟਰਕਚਰ ਖਰਾਬ ਕਰਦੀ ਹੈ ਉਹ ਨਹੀਂ ਸਾਡੀ ਨੀਲੀ ਦੀ ਮੱਛ ਉਹ ਸਾਡੇ ਇਲਾਕੇ ਦੀ ਮੱਛ ਠੀਕ ਬਾਬਰ ਭਾਈ ਤੁਸੀਂ ਕੋ ਮਾਸ਼ਾ ਅੱਲਾ ਨਸਲ ਦਾ ਨਸਲ ਵਿਰਾਸਤ ਚ ਵੀ ਤੁਹਾਨੂੰ ਮੱਜਾ ਮਿਲੀਆਂ ਤੁਸੀਂ ਗਾਂ ਆ ਆ ਵੀ ਸ਼ੌਕ ਕਰ ਰਹੇ ਜੇ ਤੇ ਨਵੇਂ ਦੋਸਤ ਜਿਨ੍ਹਾਂ ਕੋਲ ਵਿਰਾਸਤ ਚ ਮੱਝਾਂ ਨਹੀਂ ਮਿਲੀਆਂ ਉਹ ਖਰੀਦ ਕੇ ਕਰ ਰਹੇ ਨੇ ਜੀ ਜੀ ਉਹ ਵੀ ਚਾਹੁੰਦੇ ਕਿ ਸਾਡੇ ਕੋਈ ਯਾਨੀ ਕਿ ਜੇ ਕੋਈ ਨੀਲੀ نسل ਦਾ ਸ਼ੌਕ ਕਰਦਾ ਹੈ ਜੀ ਜੀ ਉਹਦੇ ਲਈ ਕਿਵੇਂ ਤੁਸੀਂ ਕੋਈ مشورہ یا پیغام دو گے ਕਿਉਂ ਕਿਸ ਤਰ੍ਹਾਂ ਆਪਣੀ ਕਲੈਕਸ਼ਨ ਇਕੱਠੀ ਕਰਕੇ ਤੇ ਕਿਵੇਂ ਕੰਮ ਕਰ ਸਕਦਾ ਕਿ ਮੱਝ ਦੀ ਬਿਹਤਰੀ ਲਈ ਸ਼ੌਕ ਲਈ ਖੂਬਸੂਰਤ ਜਾਨਵਰ ਵੀ ਹੋਣ ਦੁੱਧ ਵਾਲੇ ਵੀ ਹੋਣ ਇਹਦੇ ਬਾਰੇ ਤੁਸੀਂ ਆਪਣੇ ਤਜਰਬੇ ਦੀ بنیاد ਤੇ ਆਪਣੇ ਫੈਮਲੀ ਦੇ ਤਜਰਬੇ ਦੀ بنیاد ਤੇ ਹਾਂ ਜੀ ਸਾਹਿਬ ਜਿਹੜਾ ਬੰਦਾ ਸ਼ੁਰੂ ਕਰਦਾ ਨਾ ਕੰਮ ਹੈ ਸਟਾਰਟ ਕਰਦਾ ਹੈ ਜੀ ਮੇਰੀ ਸਮਝ ਦੇ ਮੁਤਾਬਿਕ ਉਹਨੂੰ ਛੋਟੇ ਜਾਨਵਰਾਂ ਤੋਂ ਕਰਨਾ ਚਾਹੀਦਾ ਹੈ ਅੱਛਾ ਜੀ ਛੋਟੇ ਜਾਨਵਰਾਂ ਤੋਂ ਮਰਾਜ਼ ਮਿਸਾਲ ਤੇ ਕਟੀਆਂ ਤੋਂ ਚੋਟੀਆਂ ਤੋਂ ਵੇਖਦੇ ਉਹਨਾਂ ਦੀ ਮਾਂ ਉਹਨਾਂ ਦੀ ਨਾਨੀ ਉਹਨਾਂ ਦਾ ਬਾਪ ਇਸ ਤਰ੍ਹਾਂ ਦਾ نسل ਉਹਨਾਂ ਦੀ ਵੇਖਦੇ ਸਹੀ ਕਿਉਂਕਿ ਹੁਣ ਸਭ ਪੱਠੇ ਤੇ ਪਾਣੇ ਨੇ ਤੁਸੀਂ ਡਿੰਗੇ ਸੀ ਰੰਗਾ ਵਾਲਾ ਕੋਈ ਬਦ ਨਸਲਾ ਜਾਨਵਰ ਰੱਖ ਲੋ ਬਦ ਨਸਲਾ ਤੇ ਮੈਂ ਨਹੀਂ ਆਖ ਸਕਦਾ ਕੋਈ ਚੰਗੀ نسل ਦਾ ਨਾਂ ਰੱਖ ਲੋ ਹਾਂਜੀ ਉਸ ਤੋਂ ਬਿਹਤਰ ਹੈ ਕਿ ਤੁਸੀਂ ਪੱਠੇ ਪਾਵਲੇ ਨੇ ਤੇ ਚੰਗੀ ਨਸਲ ਦਾ ਰੱਖੋ ਸਹੀ ਤੁਹਾਨੂੰ ਦੁੱਧ ਵੀ ਦੇਵੇ ਤੁਹਾਡੀ ਨਸਲ ਵੀ ਚੰਗੀ ਬਣੇ ਜਾਨਵਰਾਂ ਦੀ ਹੈਗਾ ਹਾਂਜੀ ਤੇ ਬਾਕੀ ਇਹ ਹੀ ਹੈ ਮੈਂ ਛੋਟੇ ਜਾਨਵਰਾਂ ਤੋਂ ਯਾਕਸਾ ਸਟਾਰਟ ਕਰੋ ਵੱਡੇ ਜਾਨਵਰ ਇਸ ਟਾਈਮ ਬੜੇ ਮਹਿੰਗੇ ਨੇ ਸਹੀ ਹਰ ਬੰਦੇ ਦੀ ਪਹੁੰਚ ਵਿੱਚ ਨਹੀਂ ਨਹੀਂ ਸਹੀ ਤੇ ਛੋਟੇ ਜਾਨਵਰਾਂ ਸਟਾਰਟ ਕਰਨ ਔਰ ਚੰਗੇ ਅچھے ਉਹਨਾਂ ਦੇ ਝੋਟੇ ਮਿਲਾਵੇਂ ਉਹਨਾਂ ਦੇ ਜਾਨ ਦੇ ਵਿੱਚ ਉਹਨਾਂ ਦਾ ਆਪੀਆਂ ਨਾਲ ਅਚੀ ਨਸਲ ਦੇ ਵੇਖਦੇ ਉਹਨਾਂ ਦੇ ਮਾਪੇ ਵੇਖਦੇ ਹਾਂਜੀ ਉਹਨਾਂ ਦਾ ਕੋ ਮਿਲਕ ਰਿਕਾਰਡ ਵੇਖਦੇ ਉਹਨਾਂ ਦਾ ਕੋ ਬਾਡੀ ਸਟਰਕਚਰ ਵੇਖਦੇ ਸਾਡੀ ਨੀਲੀ ਬਾਰੀਕ ਮਾਜ ਨੂੰ ਮੰਨਦੀ ਹੈ ਬਾਰੀਕ ਵੇਖਦੇ ਤੇ ਉਹ ਕਰਾਸ ਕਰਾਂ ਮੈਂ ਤੇ ਨਸਲ ਤੇ ਕੰਮ ਕਰਨ ਅੱਲਾਹ ਤਾਲਾ ਕਾਮਯਾਬੀਆਂ ਦੇ ਸਹੀਕ ਆ ਬਾਬਰ ਭਾਈ ਤੁਹਾਡੇ ਨਾਲ ਗੱਲਬਾਤ ਦਾ سلسلہ ਜਾਰੀ ਰਹੇਗਾ ਫੋਨ ਸਾਨੂੰ ਤੁਸੀਂ ਆਪਣੇ ਜਾਨਵਰਾਂ ਦਾ ਵੀ ਸ਼ੋਕ ਕਰਾਓ ਉਹਨਾਂ ਦਾ ਨਸਲ ਦਾ ਵੀ ਦੱਸੋ ਤੇ ਦੋਸਤਾਂ ਦੀ ਫਰਮਾਇਸ਼ ਜ਼ਰੂਰ ਆਹ ਜੀ ਦੋਸਤੋ ਇਸ ਵੇਲੇ ਤੁਹਾਨੂੰ ਮਾਲ ਦਾ ਸ਼ੋਕ ਕਰਵਾਨੇ ਆ ਤੇ ਬਾਬਰ ਭਾਈ ਜਿਹੜੀ ਆ ਫਰੇਮ ਜੇ ਇਸ ਵੇਲੇ ਮੱਝ ਨਜ਼ਰ ਆ ਰਹੀ ਹੈ ਇਹਦੇ ਬਾਰੇ ਸਾਨੂੰ ਦੱਸੋ ਜੀ ਜੀ ਹਾਫ ਸਾਹਿਬ ਇਹ ਮੱਝ ਜਿਸੀ ਮੈਂ ਲਈ ਇਹ ਪਿਛਲੇ ਸਵੇਰ ਪਹਿਲਾਂ ਆਈ ਅੱਛਾ ਜੀ ਤੇ ਨਸੀਰ ਜਿਹਰੇ ਤੋਂ ਲਈ ਜੀ ਅੱਛਾ ਜੀ ਤੇ ਹੁਣ ਮੱਝ ਦੂਸਰਾ ਸਵੇਰ ਸੂਈ ਹੈ ਮੇਰੇ ਕੋਲ ਅੱਛਾ ਜੀ ਮਾਸ਼ਾਅੱਲਾ ਚੰਗੀ ਮੱਝ ਬਣੀ ਆ ਸ਼ੌਕ ਨਾਲ ਲਈ ਰੱਖਣ ਵਾਸਤੇ ਮੈਨੂੰ ਤੋਂ ਆਖਾ ਕੇ ਪਿੱਛੂ ਬੋਦਲਾਂ ਦੇ ਘਰ ਦੀ ਹੈ ਅੱਛਾ ਜੀ ਵਪਾਰੀ ਬੰਦਾ ਹੈ ਅੱਛਾ ਅੱਲਾ ਬਿਹਤਰ ਜਾਣਦਾ ਹੈ ਬੋਦਲਾਂ ਦੇ ਘਰ ਦੀ ਹੈ ਜਾਂ ਕਿਹੜੇ ਘਰ ਦੀ ਹੈ ਲੇਕਿਨ ਮੈਨੂੰ ਉਹਨੇ ਇਹ ਦੱਸਾ ਕਿ ਇਹ ਬੋਦਲਾਂ ਦੇ ਘਰ ਦੀ ਪਹਿਲੇ ਸੂਏ ਦਾ ਕੀ ਬੱਚਾ ਜੀ ਇਹ ਪਹਿਲੇ ਸੂਏ ਦੀ ਇਹ ਦੀ ਇੱਥੇ ਝੋਟੀ ਵਧੀ ਕੱਟੀ ਹੈ ਜੀ ਅੱਛਾ ਜੀ ਤੇ ਇਹ ਸੂਏ ਦਾ ਇਹਦਾ ਕੱਟਾ ਹੈ ਸਹੀ ਉਹਨੇ ਕਿਦੋਂ ਕਦੀ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਆਪ ਸਾਹਿਬ ਤੋਂ ਦੱਸ ਸਕਦੇ ਹਾਂ ਅੱਛਾ ਜੀ ਤੇ ਪਹਿਲਾਂ ਹੋ ਗਿਆ ਜੀ ਕੋਈ ਦੁੱਧ ਸ਼ੋਦ ਲੋ ਵੱਲ ਰਿਹਾ ਕੰਮ ਜੀ ਜੀ ਮਾਸ਼ਾਅੱਲਾ ਅੱਛੀ ਰਹੀ ਹੈ ਦੁੱਧ ਦੀ ਰੋਟੀ ਅੱਛੀ ਮੱਝ ਸਹੀ ਜੀ ਬਾਬਰ ਭਾਈ ਬ੍ਰੀਡ ਵਾਸਤੇ ਲਈ ਆਫਸਰ ਅੱਛਾ ਇਹ ਸ਼ੋਕ ਲਈ ਲਈ ਹੈ ਬ੍ਰੀਡ ਲਈ ਲਈ ਹੈ ਠੀਕ ਆ ਜੀ ਤੇ ਆ ਮੱਝ ਜਿਹੜੀ ਇਸ ਵੇਲੇ ਦਿਖਾ ਰਹੇ ਜੀ ਇਹਦੇ ਬਾਰੇ ਚ ਦੱਸੋ ਜੀ ਇਹ ਹਾਫਸਾ ਮੱਝ ਜਿਹੜਾ ਮੈਂ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਹੈ ਕਿ ਬਾਲੇ ਖਾਕੂ ਕਾ

ਸਹੀ ਮਾਸ਼ਾਅੱਲਾ ਤੇ ਪਹਿਲੇ ਕਿੰਨੇ ਘਸੋਏ ਆਂਦੀ ਹੈ ਜੀ ਪਹਿਲੇ ਦੋ ਸੂਏ ਸੂਈ ਹੈ ਜੀ ਹੁਣ ਤੀਸਰਾ ਇੰਦ ਅੱਛਾ ਜੀ ਠੀਕ ਹੋ ਗਿਆ ਜੀ ਬਾਬਰ ਭਾਈ ਆ ਜਿਹੜੀ ਮੱਝ ਇਸ ਵੇਲੇ ਅਸੀਂ ਦਿਖਾ ਰਹੇ ਆਂ ਜੀ ਜੀ ਇਹਦੇ ਬਾਰੇ ਚ ਦੱਸੋ ਇਹ ਮੱਝ ਇਹ ਹਾਫਸਾ ਮੱਝ ਮੈਂ ਲਈ ਹੈ ਆਜੇ ਇਥੇ ਪਿੰਡ ਦੇ ਵਿੱਚੋਂ ਹੀ ਅੱਛਾ ਜੀ ਇਹ ਮੱਝ ਐਸ ਵਾਰੀ ਹੁਣ ਦੂਸਰਾ ਸੂਆ ਸੂਈ ਹੈ ਹਾਂ ਜੀ ਤੇ ਬਲਕਿ ਤੀਸਰਾ ਦੂਸਰਾ ਸੂਆ ਇੱਕ ਸੂਆ ਉੱਥੇ ਸੂਈ ਦੂਸਰਾ ਮੇਰੇ ਕੋਲ ਹੁਣ ਤੀਸਰਾ ਸੂਈ ਹੈ ਅੱਛਾ ਜੀ ਹਾਂ ਜੀ ਮਾਈ ਦੇ ਥੱਲੇ ਕੱਟੀ ਹੈ ਅੱਛਾ ਜੀ ਪੁੱਛ ਲਈ ਤੇ ਮਾਜਨੇ ਦੇ ਸਿੰਘ ਬਿਜਲੀ ਆ ਤੇ ਟੁੱਟ ਗਈ ਵਿਚਾਰੇ ਦਾ ਅੱਛਾ ਜੀ ਹਾਂ ਜੀ ਬਾਕੀ ਦੋ ਦੁੱਧ ਦੁਰਮੇ ਮੱਝ ਬੜੀ ਅੱਛੀ ਹੈ ਜੀ ਸਹੀ ਪੁਰਾਣੀਆਂ ਮੱਝਾਂ ਚ ਸਾਡੇ ਪਿੰਡ ਦੇ ਵਿੱਚ ਹੀ ਹੈ ਸਾਡੇ ਆਦੇ ਝੋਟਾਂ ਦੀਆਂ ਮੱਝਾਂ ਚ ਸਹੀ ਠੀਕ ਹੋ ਗਿਆ ਜੀ ਬਾਬਰ ਭਾਈ ਏ ਦੋਸਤੋ ਤੁਸੀਂ ਜਿਹੜਾ ਚਾਰੇ ਦਾ ਕੀ ਹੁੰਦਾ ਦਾ ਨਿਯਮ ਹੈ ਚਰਾਈ ਤੇ ਰੱਖਦੇ ਜੇ ਕਿ ਹਵੇਲੀ ਵਿੱਚ ਹੀ ਪੱਠੇ ਪਾਉਂਦੇ ਜੀ ਹਾਫਿਜ਼ ਸਾਹਿਬ ਅੱਜ ਕੱਲ ਤੇ ਜ਼ਿਆਦਾ ਚਰਾਈ ਤੇ ਰੱਖਣੇ ਆ ਇਸ ਵਾਰੀ ਕੋਈ ਦਰਿਆ ਦੇ ਵਿੱਚ ਪਾਣੀ ਨਹੀਂ ਆਇਆ ਅੱਛਾ ਜੀ ਜਿਸ ਵਜ੍ਹਾ ਤੋਂ ਪੱਠੇ ਸਾਡੇ ਦਰਿਆ ਵਾਲੇ ਖਰਾਬ ਹੋ ਗਏ ਅੱਛਾ ਜੀ ਤੇ ਇਸ ਵਾਰੀ ਆ ਇਸੇ ਬਸ ਗਾ ਗੂ ਦੀ ਚਰਾਈ ਆਵੇਂ ਆਦੀ ਜ਼ਮੀਨ ਛੱਡੀ ਹੈ ਸਹੀ ਤੇ ਗਾ ਗੂ ਆਸ ਤੇ ਹਾਕ ਰੁਖ ਬੜਾਈਆ ਤੇ ਪੱਠੇ ਵੜ ਦੇ ਵਿੱਚ ਵੀ ਛੱਡਦੇ ਨੇ ਰਾਤੀ ਕੁੱਤਰ ਤੇ ਵੀ ਪਾ ਦਿੰਦੇ ਨੇ ਸਹੀ ਇਸ